बिस्मिल्लाहिर्रहमानिर्रहीम। अस्सलामुअलैकुम, वेख रहे हो तुसीं अपना सुरखियां चैनल ते मैं तुहाडा मेज़बान ते शान भरावां। ते रोज़ाना दी नवीं तो नवीं ते अच्छी तो अच्छी वीडियो लैके हाज़र हो वी ते उम्मीद करना इंशाअल्लाह भरावां नूं वीडियो पसंद आउंदी है। वीडियो नूं लाइक भी कर दिओ, वीडियो नूं शेयर भी कर दिओ। सब तो पहला अपने चैनल नूं करना सबसक्राइब ते बैल आइकान दा बटन जिहड़ा है जरूर दबा लेना ताकि साडी आवण वाली नवीं तो नवीं वीडियो जिहड़ी है भरावां तक आसानी पहुँच सके। वीडियो जिहड़ी बनाउण लगे वीडियो इस तरह है भाई, गजनपुर रहाणीए की वीडियो सिलसिलावार वीडियो जिहड़ी है ना जुमे रात वाले दिहाड़े चलदी है। भी वीडियो का एड्रैस है जिला गुजरात है, तहसील भी गुजरात है, शहर जिहड़ा इन्हां दा जलालपुर सोपती है लोकेशन। अगे भी वीडियो जो दसी दी किसी भी भरावां होवे गुजरात निकल के आ जाना वाया जिहड़ा फतेहपुर ते फतेहपुर तो आ जाना पेरोशाह। पेरोशाह तो जिहड़ा रोड निकलता वाड़श्री वाला उस रोड के उत्ते तकरीबन जिहड़ा ना 4 किलोमीटर तो बाद इन्हां दा स्टाप आउंदा जलालपुर सोपतियां रोड के उत्ते पेट्रोल पंप है। पेट्रोल पंप के पिछली साइड से जिहड़ा है ना भाई गजनपुर का डेरा वारा जुमेरात है। तारीख भी बनती है 5 रमजान 2022। बाकी जिहड़ी गलबात है डंगरां दी वो सारी असं भाई गजनपुर ना कर लें तो पूछ लें किन्ने ने डंगर जोड़े उन्हें वीडियो के लाने ने तो नाल वीडियो करने जी शुरू। अस्सलाम वालेकुम जी। जी वालेकुम सलाम जी। भाई गजनपुर क्या हाल है जी? अल्लाह पाक के सामने भाई जान दो किस नाम के हाल है? अल्लाह पाक का करम जे फजल है, शुक्र है दी जात का। किन्ने ला के आए जी? आज की माशाल्लाह 5 ला लिए जी। ठीक है, दो मुझे टूट गई है। दो दे खड़ी है जी। केडी केडी जगह दी? एक गई हुए, एक माई पिंडी गई, एक रावल पिंडी गई। दो टूट गई है ने, तीन खड़ी है जिन्ना दा मूल लाग सोई है ना त्रावे त्रावे सुनाओ। वो जड़ी ਕਿਤੇ ਜੋ ਮੇਰਾ ਆਤਾ ਹੈ ਤੁਹਾਡੇ ਵੀਡੀਓ ਲੱਗੀ ਹੈ ਜੀ? ਉਹ ਭਾਈ ਜੀ ਅਲਹਮਦੁਲਿਲਾ ਵਿਗਿਆ ਜੀ, ਦੋ ਮੱਝਾਂ ਸਨ ਜੀ, ਇੱਕ ਪਹਿਲਾਂ ਝੋਟੀ ਜੀ ਬਿਲਕੁਲ, ਇੱਕ ਤੀਜੀ ਮੱਝ ਜੀ ਜੋ ਗਿੱਪੀਆਂ ਜੋ ਕਿੱਥੇ ਕਿੱਥੇ ਗਈਆਂ ਜੀ? ਪਹਿਲਾਂ ਝੋਟੀ ਨੂੰ ਗਈ ਬਟਾਲੇ, ਬਟਾਲੇ ਉਸਦੇ ਪਾਰ ਜੀ ਆਜ਼ਾਦ ਕਸ਼ਮੀਰ ਆਜ਼ਾਦ ਕਸ਼ਮੀਰ। ਠੀਕ ਹੈ, ਇਹ ਦੂਜੀ ਮੱਝ ਇੱਥੇ ਹਜੇ ਆਈ ਟੁੱਟ ਗਈ ਹੈ ਨਾਲੇ। ਹਾਂਜੀ ਯਾਰ, ਦੋਵੇਂ ਟੁੱਟ ਗਈਆਂ, ਦੋਵੇਂ ਟੁੱਟ ਗਈਆਂ। ਕਰੀਏ ਵੀਡੀਓ ਸ਼ੁਰੂ ਜੀ ਇਨਸ਼ਾਅੱਲਾ। ਇਹ ਭਰਾਵਾਂ ਵਾਸਤੇ ਇੱਕ ਜਿਹੜਾ ਨਾ ਰਿਕਵੈਸਟ ਹੈ ਭਾਈ ਜਾਨ ਕਿ ਅੱਜ ਮਾਲ ਜਿਹੜਾ ਨਾ ਬੜੀ ਦੂਰੋਂ ਜਾ ਕੇ ਲਿਆਂਦਾ। ਠੀਕ ਹੈ, ਤੇ ਲੱਥਾ ਕੱਲ ਹੀ ਸ਼ਾਮ ਨੂੰ। ਠੀਕ ਹੈ, ਕੱਲ ਹੀ ਸ਼ਾਮ ਦੀ ਚੁਆਈ ਹੋਈ ਹੈ ਜੀ। ਇਹਨਾਂ ਨੂੰ ਕੋਈ ਡੱਕਾ ਡੁੱਕਾ ਨਹੀਂ ਹੈ, 4 ਘੰਟੇ ਹੈ ਮਿਸਰ ਮਚਾਉਂ। ਇਹ ਜਿਹੜਾ ਸਿਰਫ ਹੈ ਸਵੇਰੇ ਵੀਡੀਓ ਦੀ ਵਜ੍ਹਾ ਤੋਂ ਜਿਹੜਾ 4 ਘੰਟੇ ਹੁੰਦੇ ਨੇ, ਬਾਕੀ ਮੱਝਾਂ ਟਾਈਮ ਦੇ ਨੇ ਟਾਈਮ ਦੇ ਨੇ। ਠੀਕ ਹੋ ਗਿਆ, ਮੱਝਾਂ ਦੀ ਥੱਕੀਆਂ ਟੁੱਕੀਆਂ ਵੀ ਬੜੀਆਂ ਨੇ। ਕਿਹੜੀ ਜਗ੍ਹਾ ਤੋਂ ਲੈ ਕੇ ਆਏ? ਐੜ ਤੋਂ ਸਾਧ ਲਿਆਂਦੀਆਂ ਨੇ ਕਿ ਜਿਹਨੂੰ 5 ਨੱਤ ਕਹਿੰਦੇ ਆ। ਐੜ ਤੋਸਾ ਤੇ 5 ਨੱਤ। 5 ਨੱਤ ਭਈ, ਪਤਾ ਕੀ ਗੱਲ ਹੈ ਭਈ? ਗਜ਼ਨਫਰ ਬਾਹਰ ਤੇ ਬਾਹਰ ਭਰਾ ਕੇ ਵੇਚਦੇ ਮਾਲ ਵੀ ਤੇ ਮੁੱਲ ਵੀ। ਦੇਖੋ ਭਰਾ, ਮਾਲ ਵੇਖ ਕੇ ਉਹਦੀ ਨਸਲ ਦੀ ਪਰਖ ਕਰਦੇ ਨੇ, ਫਿਰ ਮੁੱਲ ਲਾਉਂਦੇ ਹੋ, ਉਹਨੂੰ ਵੀ ਵੇਖਦੇ ਨੇ, ਦੁੱਧ ਵੀ ਵੇਖਦੇ ਨੇ, ਹਰ ਚੀਜ਼ ਮੱਦੇ ਨਜ਼ਰ ਰੱਖ ਕੇ ਨਾ ਫਿਰ ਮਾਲ ਖਰੀਦਦੇ ਨੇ। ਤੇ ਅਲਹਮਦੁਲਿਲਾ ਜਿੱਥੇ ਜਿੱਥੇ ਵੀ ਭਰਾ ਬਹਿ ਕੇ ਵੀਡੀਓ ਵੇਖਦੇ ਨਾ ਭਾਈ ਗਜ਼ਨਫਰ, ਭਰਾ ਇੰਤਜ਼ਾਰ ਕਰਦੇ ਨੇ ਕਿ ਜੁਮੇ ਰਾਤ ਨੂੰ ਗਜ਼ਨਫਰ ਦੀ ਵੀਡੀਓ ਲੱਗਣੀ ਹੈ, ਅਸੀਂ ਮਾਲ ਲੈਣਾ। ਤੇ ਅੱਲਾਹ ਪਾਕ ਦਾ ਕਰਮ ਹੈ ਤਾਵਨ ਇਹਨਾਂ ਭਰਾਵਾਂ ਦਾ ਕਿ ਡੰਗਰ ਜਿਹੜੇ ਨੇ 5-6-7 ਉਹ ਵੀਡੀਓ ਦੇ ਵਿੱਚ ਜਿਹੜਾ ਨਾ ਤੁਸੀਂ ਲਾਉਂਦੇ ਪਏ ਤੇ ਵਿਕਦੇ ਜਾਂਦੇ ਪਏ। ਦੇਖੋ ਨੈਟਵਰਕ ਬਣਦਾ ਜਾਂਦਾ, ਅਲਹਮਦੁਲਿਲਾ ਲਾਈਆਂ ਜੀ ਨਾ ਕੱਲ੍ਹ ਪਹਿਲੇ ਭਰਾਵਾਂ ਨੈਟਵਰਕ ਬਣਾ ਲਿਆ, 2 ਲੈ ਗਏ ਨੇ। ਪਹਿਲਾਂ ਜਦੋਂ ਵਿਕਣ ਲੱਗ ਪਵਣਾ ਤੇ ਦੇਖੋ ਵਿਕਦਾ ਮਾਲ ਮੁੱਲ ਹੈ ਜੀ, ਬਿਲਕੁਲ ਮੁੱਲ ਜਾਇਜ਼ ਹੁੰਦਾ ਹੈ ਨਾ ਜੀ? ਅਸੀਂ ਮੁੱਲ ਲਾਉਂਦੇ ਜਾਇਜ਼ ਆ ਸਕਣ ਨੇ ਜਾਇਜ਼ ਲਾਏ, ਜ਼ਿੰਦਾਬਾਦ ਆਪਣੀ ਨਾ ਜਾਇਜ਼ ਮਰਾਸਬ ਰੋਜ਼ੀ ਰੱਖ ਕੇ ਮੁੱਲ ਲਾਈਦਾ। ਇਹ ਨਹੀਂ ਹੈ ਕਿ ਮਾਲ ਮਹਿੰਗਾ ਹੋ ਗਿਆ ਤੇ ਹੁਣ ਪਿੱਛੋਂ ਮੇਰੀ ਗੱਲ ਸੁਣ ਸਸਤਾ ਲੱਭੇ ਤੇ ਅੱਗੋਂ ਮਹਿੰਗਾ ਦੇਣਾ, ਨਹੀਂ ਜਿਸ ਤਰ੍ਹਾਂ ਪਿੱਛੋਂ ਲੱਭਣਾ ਇਸ ਤਰ੍ਹਾਂ ਹੀ ਰੋਜ਼ੀ ਲੈਣੀ, ਰੋਜ਼ੀ ਲੈਣੀ ਇਹ ਲਾਦਾ ਉਹ ਹੱਕ ਬਣਦਾ ਜਾਇਜ਼ ਲੈ ਕੇ ਦੇ ਸਕਦੇ। ਕਰੀਏ ਵੀਡੀਓ ਸ਼ੁਰੂ ਇਨਸ਼ਾਅੱਲਾ। ਇਹ ਲਾਣੀ ਜੇ ਨੰਬਰ ਲਓ ਜੀ, ਨੰਬਰ 1 ਜਿਹੜਾ ਨਾ ਮਜ ਖੋਲੋ ਜੀ, ਬਹੁ ਜੀ ਦੇ ਤਸੱਲੀ ਕਰਾਓ ਦੋਵੇਂ ਭਰਾ ਤੇ ਬਾਕੀ ਜਿਹੜੀ ਗੱਲਬਾਤ ਹੈ ਉਹ ਸਾਰੀ ਅਸੀਂ ਭਈ ਗਜ਼ਨਫਰ ਕੋ ਪੁੱਛ ਲੈਂਦੇ ਹਾਂ। ਭਈ ਗਜ਼ਨਫਰ ਨੰਬਰ 1 ਆ ਗਈ ਜੀ ਮਾਜ, ਜਿਹੜੀ ਇਹ ਭਰਾਵਾਂ ਦੇ ਸਾਹਮਣੇ ਸੋਵਾ ਮਾਜ ਦਾ ਕਹੇ ਜੇ ਭਾਈ ਜਾਨ ਜੀ ਮਾਲਕਾਂ ਦੇ ਦੁਸ਼ਮਣ ਯੂਜਣ ਕਰਕੇ ਦਿੱਤੀ ਹੈ। ਠੀਕ ਹੈ, ਲੇਕਿਨ ਇਹ ਕਿ ਤ੍ਰਿਜਣ ਵੀ ਹੋਵੇ ਤੇ ਕੋਈ ਏਡੀ ਟੈਨਸ਼ਨ ਵਾਲੀ ਗੱਲ ਨਹੀਂ ਹੈ। ਠੀਕ ਹੈ, ਕੋਈ ਐਡਾ ਕੋ ਰੋਲਾ ਤੇ ਕੋ ਨਹੀਂ ਹੁੰਦਾ ਵੀ ਮਾਜ ਦੂਜੇ ਤ੍ਰਿਜਣ ਸੁਵੇ ਜਾ ਕੇ ਮਾਜ ਚੁੰਗਣ ਵਾਲੀ ਬਣਦੀ ਚੁੰਗਣ ਵਾਲੀ ਜਿਹੜੀ ਜਾ ਜਾ। ਠੀਕ ਹੈ ਜਾ, ਤੇ ਬਾਕੀ ਭਰਾਵਾਂ ਦੇ ਸਾਹਮਣੇ ਭਾਈ ਜੀ ਵੇਖ ਦੋਵੇਂ ਇੱਕੋ ਜਿਹੀਆਂ ਨੇ, ਇੱਕੋ ਜਿਹੀਆਂ ਨੇ ਬਿਲਕੁਲ। ਤੇ ਫਿਰ ਫਣ ਜਿਹੜਾ ਨੇ ਇੱਕ ਜੀ ਆ ਜਾ ਜੀ ਉਹ ਚਿੱਟਾ ਚਿੱਟਾ ਜਾ ਜਾ ਜਿਹੜੀ ਚੰਗੀਆਂ ਦੀ ਨਿਸ਼ਾਨੀ ਉਹ ਵੀ ਹੈ ਔਰ ਖਰੀਆਂ ਖਰੀਆਂ ਦੀ ਜਾ ਭਾਈ ਜੀ ਬੜੀ ਬਰੀਕ ਮਾਜੇ ਵਾ ਮਾਸ਼ਾਅੱਲਾ ਮਾਜ ਦੀ ਬੂਤੀ ਵੇਖੋ ਨਾ ਗੱਡੀ ਜੀ ਨਹੀਂ ਲੰਮੀ ਮਾਜ ਦੀ ਬੂਤੀ ਬੂਤੀ ਹੈ ਜਾ ਬਰੀਕ ਬਰੀਕ ਤੇ ਲੰਮੀ ਕਾਂਜੇ ਕੱਚ ਦੀ ਹੁੰਦੀ ਜਿਸ ਨਾਲ ਸਾਰੀ ਮਾਜ ਹਣ ਜਿਹੜਾ ਨਾ ਕਲਬੀ ਲੱਗੇ ਕਲਬੀ ਕਲਬੀ ਥਣ ਲੱਗਿਆ ਭਾਈ ਜੀ ਬੜਾ ਚੁਆਏ ਮਾਜ ਦਾ
ਠੀਕ ਹੈ ਲਾ ਇੱਕ ਇੱਕ ਲਾ ਹੋਵੇਗਾ ਚੁਆ ਸੋਹਣਾ ਸੀਰ ਸਾਉ ਚੰਗੀ ਜਿਸ ਤਰ੍ਹਾਂ ਥਣ ਹੈ ਨਾ ਜਾ ਜਾ ਇਸੇ ਤਰ੍ਹਾਂ ਚੁਆਈ ਹੋ ਚੁਆਈ ਜਾ ਬੱਚਾ ਕਿਸ ਮਗਰ ਜੀ ਇਹਦੇ ਮਰ ਕੱਟਾ ਮਗਰ ਇਹਦੇ ਕੱਟਾ ਜਾ ਭਾਈ ਗਜ਼ਨ ਪਰ ਕਿੰਨੇ ਕੁ ਦਿਨਾਂ ਦੀ ਮਾਈ ਸੂਈ ਇਹ ਭਾਈ ਜੀ ਮਾਈ 17 18 ਦਿਨਾਂ ਦੀ ਸੂਈ ਮੇਲਾ ਛੇੜਾ ਸੱਟ ਗਈ ਸੱਟ ਗਈ ਜਾ ਸੁਬੇ ਤਰੇਵੇ ਮੁਕੰਮਲ ਹੋ ਗਏ ਕਿੰਨਾ ਕੁ ਦੁੱਧ ਇਸ ਟਾਈਮ ਇਹ ਭਾਈ ਜਾਨ ਜੀ ਜਿਹੜਾ ਮੈਂ ਉੱਥੇ ਦੁੱਧ ਚੋਕ ਲੈਂਦਾ ਨਾ ਮਾਈ ਥਲੇ ਜੀ ਦੁੱਧ ਲੈਂਦਾ 14 ਕਿਲੋ ਚੋਕ ਹੈ ਠੀਕ ਹੈ ਲੇਕਿਨ ਇੱਕ ਕੱਲ 24 ਘੰਟੇ ਲੱਗ ਗਏ ਨੇ ਗੱਡੀ ਸਾਨੂੰ ਆਉਂਦਿਆਂ ਗੱਡੀ ਰਸਤੇ ਖਰਾਬ ਹੋ ਗਏ ਕੋਈ ਸਫਰ ਬੜਾ ਸੀ 750 ਕਿਲੋਮੀਟਰ ਦਾ ਸਫਰ ਸੀ ਸਾਡਾ ਇੱਕ ਸਾਈਡ ਦਾ ਇੱਕ ਸਾਈਡ ਦਾ ਇੱਕ ਸਾਈਡ ਦਾ ਠੀਕ ਹੈ ਤੇ ਫਿਰ ਅਗੂ ਮਜਾ ਘਟ ਜਾਂਦੀ ਹੈ ਗਰਮੀ ਵੀ ਹੋਈ ਜੀ ਬਿਲਕੁਲ ਠੀਕ ਹੈ ਤੇ ਉਸਤੀ ਹਾਲ ਦੁੱਧ ਜਿਹੜਾ ਨਾ ਤਕਰੀਬਨ 12 ਕਿਲੋ ਆ 12 ਕਿਲੋ ਆ ਜੀ ਤਕਰੀਬਨ ਇਸ ਟਾਈਮ ਜਿਹੜਾ ਨਾ ਤਸੱਲੀ ਹੈ ਜੀ ਜੀ ਦੋ ਟਾਈਮ ਇੱਕ ਹੀ ਚੁਆਈ ਕੀਤੀ ਭਾਈ ਜੀ ਉਦੋਂ ਆ ਕੇ ਟੁੱਟੇ ਟੁੱਟੇ ਆ ਡੰਗਰ ਦੀ ਇੱਕ ਚੁਆਈ ਕਰੀ ਸਮਝ ਨਹੀਂ ਆਉਂਦੀ ਹੈ ਸ਼ਾਮ ਨਹੀਂ ਹੋਈ ਹੈ ਜੀ 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 ਇਹ ਅੱਜ ਸਵੇਰ ਜੁਮੇ ਰਾਤ ਵਾਲੀ ਜਿਹੜੀ ਹੈ ਨਾ ਚੁਆਈ ਉਹ ਤੁਸੀਂ ਕਰਨੀ ਹੈ ਕਿਉਂਕਿ 8:30 ਵਜੇ ਵੀਡੀਓ ਬਣਦੀ ਹੈ ਇਹਦੇ ਤੋਂ ਬਾਅਦ ਹੀ ਜਿਹੜਾ ਨਾ ਚੁਆਈ ਕਰਨੀ ਹੈ ਤੁਸੀਂ ਜਿਹੜੀ ਉੱਥੇ ਦੀ ਤਸੱਲੀ ਹੈ ਉਹ ਦੋ ਦਿਹਾੜੇ ਸੀ ਤਸੱਲੀ ਕੀਤੀ ਉਹ 14 ਕਿਲੋ ਦੀ ਤਸੱਲੀ ਹੈ ਉਹ 14 ਨਹੀਂ ਉਹ 14 ਤੁਸੀਂ ਆਪਣਾ ਪੂਰਾ ਕਰਕੇ ਨਾ ਫਿਰ ਮੈਂ ਦਾ ਸੌਦਾ ਕਰ ਲਿਆ ਮੈਂ ਲੈ ਕੇ ਬਿਸਮਿਲ੍ਲਾ ਪੜੋ ਜੀ ਨੰਬਰ 1 ਜਿਹੜੀ ਹੈ ਨਾ ਭਾਈ ਗਜ਼ਨਫਰ ਕਿੰਨੇ ਦੀ ਮਾਈ ਦੇ ਸੜਨੀ ਹੈ ਕਿਸੇ ਭਰਾ ਨੂੰ ਪਸੰਦ ਆਵੇ ਇਹ ਭਾਈ ਜੀ ਸ਼ਾਰਟਕਟ ਮੁੱਲ ਲੈਣੇ ਨੇ ਜਾਂ ਰਾਜ਼ੀ ਆ ਜੀ ਠੀਕ ਹੈ ਇਹ ਜਿਸ ਭਰਾ ਦੇ ਪਸੰਦ ਆਈ ਨਾ 2,75,000 ਰੁਪਏ ਜ਼ਿੰਦਾਬਾਦ ਜੀ 2,70,000 ਤੇ 75,000 ਰੁਪਏ ਦੀ ਦੇ ਸੜਨੀ ਹੈ ਮਜ਼ੀਦ ਆਏ ਦੀ ਕਦਰ ਜਿਹੜੀ ਹੈ ਨਾ ਉਹ ਵੀ ਤੇ ਜ਼ਰੂਰ ਹੋਵੇਗੀ ਪਿਆਰ ਮੁਹੱਬਤ ਜਿਹੜਾ ਜ਼ਰੂਰ ਹੋਵੇਗਾ ਅੱਗੇ ਲਿਆਓ ਜੀ ਨੰਬਰ ਜਿਹੜੀ ਹੈ ਨਾ ਬਹੁ ਜੀ 2 ਭਾਈ ਗਜ਼ਨਫਰ ਪਹਿਲਣ ਇੱਕ ਵਿੱਚ ਜੀ ਇੱਕ ਪਹਿਲਣ ਜੀ ਦੋ ਆ ਜਿਹੜੀਆਂ ਨੇ ਇੱਕ ਦੂਜੇ ਨੂੰ ਦੱਸੀ ਉਹਨਾਂ ਨੇ ਠੀਕ ਹੈ ਉਹ ਰਜ਼ਾਤ ਕਰ ਦਿੱਤੀ ਜੀ ਬਿਲਕੁਲ ਇਹ ਮਾਈ ਤ੍ਰਿਜਣ ਹੈ ਤ੍ਰਿਜਣ ਹੈ ਬੂਰੀ ਬੂਰੀ ਜਾ ਭਾਈ ਗਜ਼ਨਫਰ ਅੱਗੇ ਆ ਗਈ ਜੀ ਮਾਈ ਨੰਬਰ ਜਿਹੜੀ ਹੈ ਨਾ 2 ਜਾ ਤੇ ਬੂਰੀ ਸੁਵਾ ਤੀਸਰਾ ਤੀਸਰਾ ਭਾਈ ਜੀ ਪਿਓਰ ਨੀਲੀ ਦੀ ਮੱਝ ਤੇ ਪੰਜ ਕਲਿਆਣ ਪੰਜ ਕਲਿਆਣ ਵੀ ਹੈ ਜਾ ਚਾਰੇ ਪੈਰ ਵੀ ਤੂੰ ਚੇਨ ਚੇਨ ਜਾ ਜਾ ਤੇ ਮੁੱਛ ਵੀ ਜਿਹੜਾ ਨਾ ਬੱਗੀ ਜਾ ਜਾ ਬਾਕੀ ਲਾ ਚੁਆਈ ਜਿਹੜੀ ਇਹਨੇ ਮਾਈ ਦੀ ਬੜੀ ਸੋਹਣੀ ਹੈ ਠੀਕ ਹੈ ਪੋਲੀ ਤੇ ਮੋਟੀ ਠੀਕ ਹੈ ਮਾਝ ਵੀ ਬੜੀ ਖਰੀ ਹੈ ਭਾਈ ਠੀਕ ਹੈ ਬੱਚਾ ਕਿਸ ਮਗਰ ਜੀ ਕੱਟੀ ਇਹਦੇ ਮਗਰ ਦੋ ਗੀਆਂ ਨਾ ਭਾਈ ਗਜ਼ਨਫਰ ਕਿੰਨੇ ਕੁ ਦਿਨਾਂ ਦੀ ਮਾਈ ਸੋਈ ਹੈ ਇਹ ਭਾਈ ਜੀ ਇਹ ਵੀ ਹੈ ਤਕਰੀਬਨ 16-17 ਦਿਨਾਂ ਦੀ ਸੋਈ ਇਹ ਵੀ ਰਾਸਿਆ ਸੱਟ ਬੈਠੀ ਯਾਨੀ ਤਰਾਵੇ ਯਾਨੀ ਇਹਨੇ ਰਤਾ ਰਤ ਸੱਟ ਬੈਠੀ ਹੈ ਦੁੱਧ ਲੱਗੀ ਹੈ ਜਾ ਜਾ ਠੀਕ ਹੈ ਬੂਰੀ ਵੀ ਹੈ ਜਾ ਜਾ ਤੇ ਤਿਲਾਣੀ ਤਿਲਾਣੀ ਜਾ ਜਾ ਲਬਾਸ ਤੇ ਜਿਹੜਾ ਹੈ ਨਾ ਜਾ ਜਾ ਤਿਲਾ ਤਿਲ ਜਿਹੜੇ ਨੇ ਨਾ ਜੀ ਜੀ ਸਾਰੀ ਤਿਲਾ ਹੈ ਸਾਰੀ ਤਿਲਾਣੀ ਹੈ ਬੜੀ ਬੜੀ ਨਸਰੀ ਮਾਝੇ ਗੁੜਵੰਨੀ ਜਾ ਜਾ ਅੱਡੀ ਇੱਕ ਜਾ ਜਾ ਭਾਈ ਗਜ਼ਨਫਰ ਕਿੰਨਾ ਕੁ ਦੁੱਧ ਹੈ ਸੜੇ ਮਾਝ ਕੋਲੇ ਭਾਈ ਜੀ ਅਸਵੇ ਦੁੱਧ ਇਹਦੇ ਕੋਲੇ ਤਕਰੀਬਨ 12 ਕਿਲੋ ਹੋਵੇਗਾ ਇਹਦੀ ਵੀ ਉੱਥੇ 15 ਕਿਲੋ ਦੀ ਜਿਹੜੀ ਇਹਨੇ ਤਸੱਲੀ ਕਰਕੇ ਲਿਆਂਦੀ ਹੈ ਠੀਕ ਹੈ ਲੇਕਿਨ ਇਹ ਕਿਸੇ ਸਫਰ ਨਾਲ ਘਟ ਜਾਂਦੀਆਂ 2-2, 3-3 ਕਿਲੋ ਘਟਦੀਆਂ ਨੇ ਪੀਆਂ ਘਟਦੀਆਂ ਨੇ ਲੇਕਿਨ ਜੋ ਜੋ ਰਵਣ ਦੀਆਂ ਨਾ ਜੋ ਜੋ ਖਾਣ ਪੀਣ ਕਰਨ ਦੀਆਂ ਤੇ ਕਿਵਾਂ ਲਵੇਗਾ ਵਾਪਸ ਜਿਹੜਾ ਨਾ ਦੁੱਧ ਤੇ ਆਉਣਗੀਆਂ ਉਹ ਲੱਗ ਜਾਣਗੀਆਂ ਠੀਕ ਹੈ ਮਾਈ ਦੀ ਭਾਈ ਜੀ ਤਰੀਕੀਆਂ ਸਾਰੀਆਂ ਮਾਈ ਦੀਆਂ ਜਿਹੜੀਆਂ ਇਸ ਭਰਾਵਾਂ ਦੇ ਸਾਹਮਣੇ ਨੇ ਜੀ ਬਿਲਕੁਲ ਮੱਝ ਨੰਬਰ ਜਿਹੜੀ ਹੈ ਜੀ 2 ਦੁੱਧ 12 ਕਿਲੋ ਮਗਰ ਕੱਟੇ ਜੀ ਭਾਈ ਗਜ਼ਨਫਰ ਕਿੰਨੇ ਦੀ ਮਾਈ ਦੇ ਸੜਨੀ ਹੈ ਗੁੜਵੰਨੀ ਇਹ ਭਾਈ ਜੀ ਜਿਸ ਭਰਾ ਨੂੰ ਪਸੰਦ ਆਈ ਨਾ 2,80,000 ਰੁਪਏ ਮਾਈ ਦੇ ਜ਼ਿੰਦਾਬਾਦ ਜੀ 2,00,000 ਤੇ 80,000 ਰੁਪਏ ਇਹ ਹੁਣ ਸਾਡੇ ਆ ਹਿਸਾਬ ਕਿਤਾਬ ਨਹੀਂ ਆ ਭਾਈ ਜੀ ਕੰਮ ਪਿੱਛੋਂ ਵੀ ਤੇ ਲੱਗਣਾ ਜੀ 70 70 70 ਹਾਂਜੀ ਭਾਈ ਗਜ਼ਨਫਰ ਮਾਈ ਨੰਬਰ ਜਿਹੜੀ ਹੈ ਜੀ 2 2,00,000 ਤੇ 80,000 ਭਾਈ ਗਜ਼ਨਫਰ ਵੀਡੀਓ ਦੇ ਅੱਗੇ ਵੀ ਲਾ ਦਿੱਤੀ ਜੀ ਠੀਕ ਹੈ ਲੇਕਿਨ ਅਜੇ ਤੱਕ ਮੇਰੇ ਹੱਥ 'ਚ ਹੋਇਆ ਵੀ ਨਹੀਂ ਕੰਮ ਜਿਹੜਾ ਅੱਜ ਲੱਗਿਆ ਹੋਣਾ ਅੱਗੇ ਪਿਆਰ ਮੁਹੱਬਤ ਹੈ ਤੁਹਾਡਾ ਲਾਣ ਹੈ ਨਾ ਉਹ ਕਰਨਾ ਹੀ ਕਰਨਾ ਹੈ ਜੀ ਐਤਕੀ ਵੀ ਇਨਸ਼ਾਅੱਲਾ ਲਾਣ ਕਰਾਂਗੇ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਪਿਆਰ ਮੁਹੱਬਤ ਐਤਕੀ ਵੀ ਹੈ ਹੋਵੇਗਾ ਨਾ ਹੋਵੇਗਾ ਇਨਸ਼ਾਅੱਲਾ ਤੇ ਭਾਈ ਗਜ਼ਨਫਰ ਅੱਜ ਜਿਹੜਾ ਹੈ ਨਾ ਜੀ ਜੀ ਪੂਰੀ ਮਾਈ ਦਾ ਵਕਤ ਹੀ ਵੀਡੀਓ ਦੇ ਵਿੱਚ ਕਰਨਾ ਜੇ ਇਸ ਟਾਈਮ ਫਿਰ ਵੀ ਜਿਸ ਭਰਾ ਨੂੰ ਪਸੰਦ ਆਵੇ ਨਾ 2,70,000 ਦੀ ਮੈਂ ਦੇ ਰਾਜ਼ੀ ਆ ਤੇਰੇ ਤੋਂ 2,70,000 ਰੁਪਏ ਦੀ ਦੇ ਸਕਦੀ 10,000 ਰੁਪਇਆ ਜਿਹੜਾ ਨਾ ਵਕਤੀ ਉਹ ਵੀਡੀਓ ਦੇ ਵਿੱਚ ਡਿਸਕਾਊਂਟ ਹੈ ਜੀ ਮਾਈ ਨੰਬਰ ਜਿਹੜੀ ਹੈ ਜੀ 2 ਕਿਲੋ ਹੋ ਜੇ ਮਾਈ ਨੰਬਰ ਜਿਹੜੀ ਹੈ ਨਾ 3 ਤੇ ਪਹਿਲਾਂ ਭਾਈ ਗਜ਼ਨਫਰ ਜੀ ਜੀ ਮੂੰਹ 'ਚ ਝੋਟੀ ਕੇ ਜੇ ਜੀ ਛਿੱਗੀ ਹੈ ਭਾਈ ਜੀ ਛਿੱਗੀ ਹਾਂ ਬਾਕੀ ਭਾਈ ਜੀ ਤੁਹਾਨੂੰ ਦੱਸਿਆ ਜੂਹ ਦੀਆਂ ਝੋਟੀਆਂ ਨੇ ਪਸ਼ਮ ਵੇਖ ਲਓ ਉਹਦੇ ਉੱਤੇ ਪੂਰੇ ਜਿਸਮ ਦੇ ਨਸਲ 'ਚ ਜਾ ਕੇ ਲਿਆਉਂਦੀਆਂ ਨੇ ਜੂਹ 'ਚ ਪੂਰੀ ਫਿਰ
ਭਾਈ ਗਜ਼ਨਫਰ ਜੀ ਨਸਰ ਵੇਖੋ ਨਾ ਜੀ ਜੀ ਅੱਗੂ ਮਾਈ ਨੀਵੀਂ ਹੈ ਪਿੱਛੂ ਉੱਚੀ ਪਿੱਛੂ ਮਾਈ ਇਹ ਨੀਲੀ ਦੀਆਂ ਨਿਸ਼ਾਨੀਆਂ ਨੇ ਇਹ ਨੀਲੀ ਹੈ ਜਾ ਜਾ ਇਹਨੂੰ ਨੀਲੀ ਆਖਦੇ ਇਹ ਨਸਲ ਹੈ ਨਸਲ ਹੈ ਜਾ ਜਾ ਭਾਈ ਗਜ਼ਨਫਰ ਕਿੰਨੇ ਕੁ ਦਿਨਾਂ ਦੀ ਝੋਟੀ ਸੋਈ ਭਾਈ ਜੀ ਇਹ ਵੀ 16 17 ਦਿਨਾਂ ਦੀ ਸੋਈ ਹੈ ਠੀਕ ਇਹ ਵੀ ਰਾਤ ਸੱਟ ਬੈਠੀ ਹੈ ਬੱਚਾ ਕਿਸ ਨੂੰ ਤੇ ਜਾ ਇੱਕੋ ਜਿਹੇ ਦਿਨ ਕੱਟੀ ਇਹਦੇ ਮਗਰ ਸ਼ਮਿਆ ਇੱਕ ਵਾਰੀ ਇੱਥੇ ਖਲਾਣੀ ਹੈ ਮਾ ਜਿਹੜੀ ਇਹਨਾਂ ਬਲਾਲ ਪਿੱਛੂ ਹੋ ਕੇ ਇੱਕ ਵਾਰੀ ਵਹਾਣੀ ਹੈ ਮਾ ਜਿਹੜੀ ਇਹਨਾਂ ਮੁਕੰਮਲ ਵੇਲ ਵੀ ਤੇ ਅੱਗੂ ਜਿਹੜੀ ਹੈ ਨਾ ਮਾ ਜੇ ਕਿੰਨੀ ਨੀਵੀਂ ਹੈ ਤੇ ਪਿੱਛੂ ਝੋਟੀ ਜਿਹੜੀ ਹੈ ਕਿੰਨੀ ਜਿਹੜੀ ਹੈ ਨਾ ਉੱਚੀ ਹੈ ਬੱਚਾ ਕੱਟਾ ਕੱਟੀ ਹੈ ਮਾ ਕੱਟੀ ਇਹਦੇ ਮਗਰ ਇਹਦੇ ਵੀ ਮਗਰ ਕੱਟੀ ਹੈ ਮਾਸ਼ਾਅੱਲਾ ਦੋ ਹੋ ਗਈਆਂ ਨਾ ਵੰਗਾ ਲਾਉਂਦੇ ਹੋ ਸੋ ਜੀ ਲਾਈਦਾ ਲਾਉਂਦੇ ਹੋ ਨਾ ਜਾ ਜਾ ਕਿੰਨਾ ਕੋ ਦੁੱਧ ਆ ਸੋਲੇ ਜਿਹੜਾ ਭਾਈ ਜਾਨ ਜੀ ਆ ਤੇ ਕਿਸੇ ਝੋਟੇ ਥਲੇ ਦੁੱਧ ਉਸੇ ਚੋਕ ਲਾਂਦਾ 13 ਕਿਲੋ 13 ਕਿਲੋ 13 ਕਿਲੋ ਦੀ ਤਸੱਲੀ ਉਸੇ ਕਰਕੇ ਲੈਂਦੀ ਹੈ ਠੀਕ ਹੈ ਲੇਕਿਨ ਹੁਣ ਵਕਤੀ ਹਾਲ ਜਿਹੜਾ ਨਾ ਇਹਦੀ ਤਕਰੀਬਨ ਜਿਹੜਾ ਨਾ 11 ਕਿਲੋ ਦੀ ਗਰੰਟੀ ਹੋਵੇ 11 ਦੀ ਤਸੱਲੀ ਹੋਵੇਗੀ ਭਾਈ ਗਜ਼ਨਫਰ ਗਾਲੀ ਪਛਾੜੀ ਤੇ ਹੈ ਕੋ ਭਾਈ ਭਾਈ ਜੀ 19 20 ਦਾ ਫਰਕ ਨਹੀਂ ਹੈ ਠੀਕ ਹੈ ਇੱਕੋ ਜੇ ਬਰਾਬਰ ਥਾਂ ਖਤਮ ਹੁੰਦੇ ਨੇ ਚਾਹੇ ਅਗਲਾ ਪਿਛਲਾ ਫੜ ਲਓ ਚਾਹੇ ਚੀਰਮਾ ਫੜ ਲਓ ਖਾਣ ਜਿਹੜਾ ਚਾਰੇ ਨੇ ਨਾ ਦੁੱਧ ਚੋਂ ਦੇ ਵਿੱਚ ਇੱਕੋ ਜਿਹਾ ਬਰਾਬਰ ਹੈ ਲਬਾਸ ਦੇ ਵਿੱਚ ਇਹਦੇ ਵੀ ਜਿਹੜਾ ਨਾ ਨਿਸ਼ਾਨ ਜਾ ਜਾ ਚੰਗੀਆਂ ਵਾਲਾ ਉਹ ਵੀ ਹੈ ਚੰਗੀਆਂ ਵਾਲਾ ਦੋ ਪਾਸੇ ਜਿਹੜਾ ਜੀ ਜੀ ਉਹ ਹੈ ਬੱਚਾ ਮਗਰ ਕੱਟੀ 11 ਕਿਲੋ ਦੱਸਿਆ ਜੇ ਜੀ ਜੀ ਦੁੱਧ ਜੀ ਜੀ ਦੋਵਾਂ ਟਾਈਮਾਂ ਦਾ ਸਾਰੀ ਦਾ ਸਾਰੀ ਦਾ ਭਾਈ ਗਜ਼ਨ ਫਰ ਕਿੰਨੇ ਦੀ ਝੋਟੀ ਦੇ ਸੜਨੀ ਹੈ ਭਾਈ ਜੀ ਜਿਸ ਭਰਾ ਦੇ ਪਸੰਦ ਆਈ ਨਾ ਜੀ ਝੋਟੀ ਤੇ ਮੇਰੀ 3 ਲੱਖ ਰੁਪਏ ਦੀ ਠੀਕ ਹੈ ਲੇਕਿਨ ਇਹ ਵੀ ਜਿਹੜੀ ਜਿਸ ਭਰਾ ਦੇ ਪਸੰਦ ਆਈ 2,65,000 ਦੀ ਲੈਣੇ ਦੇਣੇ ਨਸੀਬ ਨੇ ਲੈਣੇ ਦੇਣੇ ਨਸੀਬ ਨੇ ਜੀ ਮੇਰੀ ਗੱਲ ਸੁਣੋ ਮੁੱਲ ਵੀ ਤੇ ਮਾਲ ਵੀ ਭਰਾਵਾਂ ਦੇ ਸਾਹਮਣੇ ਜੀ ਬਿਲਕੁਲ ਕੀ ਹਾਲ ਤੇ ਮੌਸਮ ਵੀ ਜਾ ਤੇ ਫਿਰ ਕਮਨ ਦੇ ਵਿੱਚ ਜਿਹੜਾ ਹੈ ਨਾ ਜੀ ਜੀ ਉਹ ਜਾ ਰਾਜ਼ੀ ਤੇ ਬਣਦਾ ਹੈ ਨਾ ਜੀ ਇਨਸ਼ਾਅੱਲਾ ਕਿ ਉਹ ਇਨਸ਼ਾਅੱਲਾ ਭਰਾ ਦੇਣਗੇ ਲੋ ਜੀ ਭਾਈ ਗਦਨ ਪਰ ਤਰਾਵੇ ਵਹਾ ਖੜੀਆਂ ਨੇ ਤਰੋਂ ਦਾ ਜਿਹੜਾ ਨਾ ਮੁੱਲ ਉਹ ਤੁਸੀਂ ਲਾ ਛੜਿਆ ਨੰਬਰ 1 2,75,000 ਲਾਇਆ ਜੀ ਅੱਗੇ ਨੰਬਰ ਜਿਹੜੀ ਹੈ ਜੀ 2 ਮੁੱਲ ਤੇ ਤੁਸੀਂ 2,80 ਲਾਇਆ ਜੀ ਲੇਕਿਨ ਵੀਡੀਓ ਤੇ ਡਿਸਕਾਊਂਟ ਕਰਕੇ ਪਿੱਛੇ ਮੁੱਲ ਰਹਿ ਗਿਆ ਤੇ 2,70,000 ਲਾਇਆ ਜੀ ਅੱਗੇ ਨੰਬਰ ਜਿਹੜੀ ਹੈ ਜੀ 3 ਆਹਰੀ ਬੈਲਣ ਦੁੱਧ 11 ਕਿਲੋ ਛਿੱਗੀ ਮੂਝ ਛਿੱਗੀ ਮਗਰ ਕੱਟੀ ਹੈ 17 ਦਿਨਾਂ ਦੇ ਸੁਰੀ ਹੈ ਤੇ ਮੁੱਲ ਉਹਦਾ 2,65,000 ਇਹ ਇਹਨਾਂ ਤੇ ਜੀ ਆਈ ਨੰਬਰ ਆਪਣਾ ਬੋਲੋ ਜਿਹੜਾ ਲਾਣਾ 0300 450 45 75 ਦੂਸਰਾ ਨੰਬਰ ਨੰਬਰ 0300 94 50 980 ਦੋਵਾਂ ਨੰਬਰਾਂ ਤੇ WhatsApp ਆ ਇਮੋ ਆ ਕੀ ਕਾਲ ਹੈ ਸਾਡੇ ਚੰਗੀਆਂ ਘੰਟਾ ਜੇ ਕਿਸੇ ਟਾਈਮ ਵੀ ਰਾਤਾ ਕਾਲ ਨੰਬਰ ਆਨ ਹੋਵੇ ਬਾਕੀ ਵੀਡੀਓ ਕਰਨਾ ਜੀ ਖਤਮ ਉਮੀਦ ਕਰਨਾ ਇਨਸ਼ਾਅੱਲਾ ਭਰਾਵਾਂ ਨੂੰ ਵੀਡੀਓ ਪਸੰਦ ਆਉਂਦੀ ਹੈ ਲਾਈਕ ਵੀ ਕਰਦੇ ਹੋ ਸ਼ੇਅਰ ਵੀ ਕਰਦੇ ਹੋ ਇਸੇ ਵੀਡੀਓ ਦੇ ਨਾਲ ਦਿਓ ਇਜਾਜ਼ਤ ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ ਫੇਰ ਹਾਜ਼ਰ ਹੋਵਾਂਗੇ ਪਾਕਿਸਤਾਨ ਜ਼ਿੰਦਾਬਾਦ।